ਹਾਂਜੀ ਮੈਂ ਬੇਨਤੀ ਕਰਦਾ ਸਾਰੇ ਮਹੱਲਾ ਵਾਸੀਆਂ ਨੂੰ ਵੀ ਆਪਦੇ ਆਪਦੇ ਰਿਸ਼ਤੇਦਾਰਾਂ ਨੂੰ ਫੋਨਾਂ ਤੇ ਕਹਿ ਦੋ ਵੀ ਭਾਈ ਉਰੇ ਸੰਗਰੂਰ ਨਾ ਆਇਓ, ਕਿਉਂਕਿ ਪਾਣੀ ਦੇ ਟੈਂਕਰ ਮੁੱਲ ਆ ਰਹੇ ਨੇਗੇ। ਇਸ ਕਰਕੇ ਬੇਨਤੀ ਹੈ ਜੀ ਵੀ ਮਹੱਲੇ ਦੇ ਵਿੱਚ ਜਿਹੜੇ ਵੀ ਆਪਣੇ ਹੈਗੇ ਨੇ ਮਾਤਾ ਭੈਣਾਂ ਕੋਈ ਵੀ, ਉਹਨਾਂ ਨੂੰ ਬੇਨਤੀ ਹੈ ਜੀ ਆਪਦੇ ਆਪਦੇ ਰਿਸ਼ਤੇਦਾਰਾਂ ਨੂੰ ਮਨ੍ਹਾ ਕਰ ਦਿਓ ਵੀ ਸਾਡੇ ਪਾਣੀ ਨਹੀਂ ਆਉਂਦਾ ਜੀ। ਤੁਹਾਡੇ ਲਈ ਨਹਾਉਣ ਲਈ ਪਾਣੀ ਹੋਣਾ ਸਾਡੇ ਲਵੇ, ਨਾ ਕੱਪੜੇ ਧੋਣ ਲਈ, ਨਾ ਤੁਹਾਨੂੰ ਚਾਹ ਪਾਣੀ ਦੇਣ ਲਈ। ਅਸੀਂ ਤਾਂ ਜਿਹੜੀ ਭੁੱਖ ਤੇ ਆ ਕੱਟ ਰਹੇ ਹਾਂ। ਮਾਤਾ ਜੀ ਰਿਸ਼ਤੇਦਾਰਾਂ ਨੂੰ ਮਨ੍ਹਾ ਕਰ ਦਿਓ, ਕੋਈ ਨਾ ਬੁਲਾਇਓ, ਠੀਕ ਆ ਜੀ। ਸਾਡੀ ਤਾਂ ਅਸੀਂ ਬੇਨਤੀ ਵੀ ਰਿਸ਼ਤੇਦਾਰ ਕੋਈ ਨਾ ਆਵੇ ਵੀਰੇ, ਗਰਮੀਆਂ ਤਾਂ ਜਮੀ ਨਾ ਆਵੇ, ਸੰਗਰੂਰ ਤਾਂ ਜਮੀ ਨਾ ਆਵੇ। ਹੁਣ ਜਿਹੜਾ ਪਾਣੀ ਦੇ ਟੈਂਕਰ ਨੇ ਜੀ ਉਹ ਮੁੱਲ ਆ ਰਹੇ ਨੇ, ਆਹ ਜਿਹੜੇ ਟੈਂਕਰ ਨੇ ਇਹ ਮੁੱਲ ਆ ਰਹੇ ਨੇ ਪਾਣੀ ਦੇ। ਤਾਂ ਮੇਰੇ ਵਰਗਾ ਬੁਰਜ ਥੜਕ ਥੱਕ ਕੇ ਆਉਂਦਾ, ਦੇਖਦਾ ਆ ਕੇ ਟੁੱਲ ਪੰਪ ਦੱਬਦਾ ਕਿ ਜਿਹੜਾ ਪਾਣੀ ਆਉਂਦਾ ਕੁਛ ਵੀ ਨਹੀਂ ਪਾਣੀ ਪਾਉਂਦਾ, ਕਹਿੰਦੇ ਆਈ ਆਈ ਗਰਮੀ ਐਂ ਹੁੰਦਾ ਗਾ, ਆਈ ਗਰਮੀ ਐਂ ਹੁੰਦਾ ਗਾ। ਇੱਕ ਤਾਂ ਕਈ ਵਾਰੀ ਐਂ ਹੁੰਦਾ ਵੀ ਘਰ ਵੇਚ ਕੇ ਵਗ ਜਾ, ਦੁਖੀ ਹੋਏ ਪਿਆ ਜੇ। ਪੋਤੇ ਦੇ ਬੱਚੇ ਅੱਜ 3 ਦਿਨ ਹੋ ਗਏ ਨਹਾਏ ਨਹੀਂ ਹੈਗੇ, ਬੱਚੇ ਰੋਟੀ ਤੱਕ ਨਹੀਂ ਖਾ ਰਹੇ ਗਰਮੀ ਕਰਕੇ। ਸਾਲ ਹੀ ਸਾਨੂੰ ਪਾਣੀ ਦੀ ਪ੍ਰੋਬਲਮ ਹੁੰਦੀ ਹੈ, ਜਦੋਂ ਤੋਂ ਵੋਟ ਲੈਣੀ ਸੀ ਉਦੋਂ ਤੋਂ ਹੱਥ ਜੋੜ ਕੇ ਆਏ ਸੀ, ਉਸ ਤੋਂ ਬਾਅਦ ਤਾਂ ਆ ਕੇ ਉਹਨਾਂ ਨੇ ਜਦੋਂ ਤੋਂ ਜਿੱਤ ਗਏ ਉਸ ਤੋਂ ਬਾਅਦ ਤਾਂ ਉਹਨਾਂ ਨੇ ਆ ਕੇ ਜਾਤ ਵੀ ਨਹੀਂ ਪੁੱਛੀ। ਜੋ ਅੱਜ ਤਸਵੀਰਾਂ ਤੁਹਾਨੂੰ ਵਿਖਾਉਣ ਲੱਗਿਆ ਰਾਜਸਥਾਨ ਦੇ ਕਿਸੇ ਪਿੰਡ ਦੀਆਂ ਨਹੀਂ ਹਨ, ਇਹ ਪੰਜਾਬ ਦਾ ਸੰਗਰੂਰ ਸੀਐਮ ਸਿਟੀ ਹੈ। ਤਸਵੀਰਾਂ ਤੁਹਾਨੂੰ ਇੱਕ ਵਾਰ ਵਿਖਾਉਂਦੇ ਹਾਂ ਕਿ ਲੋਕ ਪਾਣੀ ਦੇ ਲਈ ਤਰਸ ਰਹੇ ਹਨ, ਬਾਹਰੋਂ ਟੈਂਕਰ ਮੰਗਾ ਕੇ ਜਿਹੜਾ ਪਾਣੀ ਦੀ ਘਾਟ ਪੂਰੀ ਕੀਤੀ ਜਾ ਰਹੀ ਹੈ। ਸਾਰੇ ਕਾਰਨ ਪੁੱਛਣਗੇ ਕਿ ਕੀ ਕਾਰਨ ਪਈ ਕਿ ਸਾਰੇ ਮਹੱਲਾ ਨਿਵਾਸੀਆਂ ਨੂੰ ਇਹ ਟੈਂਕਰ ਕਿਉਂ ਮੰਗਾਉਣਾ ਪਿਆ, ਕਿਹੜੀ ਇਹ ਜਗ੍ਹਾ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਭਾਜੀ? ਮੇਰਾ ਜੀ ਅਵਤਾਰ ਸਿੰਘ ਤਾਰਾ ਜੀ। ਅਵਤਾਰ ਸਿੰਘ ਤਾਰਾ ਜੀ, ਕੀ ਗੱਲ ਅੱਜ ਪਾਣੀ ਦਾ ਟੈਂਕਰ ਮੰਗਾਇਆ, ਕੀ ਗੱਲ? ਇਹ ਅੱਜ ਹੀ ਨਹੀਂ ਆਏ ਜੀ, ਕੱਲ੍ਹ 2 ਆਏ ਨੇ, ਉਸ ਤੋਂ ਪਹਿਲਾਂ 3-4 ਟੈਂਕਰ ਪਹਿਲਾਂ ਆ ਗਏ। ਇਹ ਟੈਂਕਰ ਲਗਾਤਾਰ ਆ ਰਹੇ ਨੇ ਜੀ, ਇਹ ਕਾਰਨ ਹੈਗਾ ਜੀ ਜਿਹੜੀਆਂ, ਕਿਉਂਕਿ ਸਮੱਸਿਆ ਪਾਣੀ ਦੀ ਹੈਗੀ, ਪਾਣੀ ਅੱਜ ਕੱਲ੍ਹ ਬਹੁਤ ਚਾਹੀਦਾ ਗਾ, ਮੋਟਰਾਂ ਖਰਾਬ ਨੇਗੀਆਂ, ਮਹਿਕਮੇ ਨੂੰ ਮੰਗ ਪੱਤਰ ਲੈਟਰ ਸਾਰਿਆਂ ਨੂੰ ਦਿੱਤੇ ਹੋਏ ਨੇ ਜੀ, ਸਾਰਿਆਂ ਦੇ ਧਿਆਨ 'ਚ ਆ, ਪਰ ਕੀ ਕਰੀਏ ਕਿ ਜਿਹੜਾ ਸਾਡਾ ਪਾਣੀ ਦੀ ਸਮੱਸਿਆ ਉਹ ਕਿਸੇ ਨੇ ਹੱਲ ਨਹੀਂ ਕੀਤੀ ਹੈਗੀ। ਹੁਣ ਜਿਹੜਾ ਪਾਣੀ ਦੇ ਟੈਂਕਰ ਨੇ ਜੀ ਉਹ ਮੁੱਲ ਆ ਰਹੇ ਨੇ, ਆਹ ਜਿਹੜੇ ਟੈਂਕਰ ਨੇ ਇਹ ਮੁੱਲ ਆ ਰਹੇ ਨੇ ਪਾਣੀ ਦੇ, ਅਤੇ ਤੁਸੀਂ ਇਹ ਦੇਖ ਸਕਦੇ ਹੋ ਵੀ 3-3, 4-4 ਦਿਨ ਤੋਂ ਪਾਣੀ ਨਹੀਂ ਆਇਆ। ਲੋਕ ਹੁਣ ਮੈਂ ਕਹਿਣਾ ਤਾਂ ਕੀ ਆ, ਸਾਰੀਆਂ ਜ਼ਰੂਰਤਾਂ ਨੇ, ਬੱਚਿਆਂ ਨੂੰ ਨਹਾਉਣਾ ਵੀ ਆ, ਕੱਪੜੇ ਵੀ ਧੋਣੇ ਨੇ, ਲੇਡੀਜ਼ ਨੂੰ ਸਾਰੇ ਕੰਮ ਹੀ ਪਾਣੀ ਦੇ ਨਾਲ ਕਰਨੇ ਨੇਗੇ। ਜੇ ਪਾਣੀ ਨਹੀਂ ਹੋਊਗਾ ਤਾਂ ਘਰ ਦਾ ਜਿਹੜਾ ਸਾਰਾ ਕੁਝ ਕੰਮ ਹੀ ਠੱਪ ਹੋ ਗਿਆ। ਕਦੇ ਹੁਣ ਪੀਣ ਵਾਲਾ ਪਾਣੀ ਆ, ਕਦੇ ਕਿਸੇ ਤੋਂ ਬੋਤਲ ਭਰ ਕੇ ਲਿਆਉਂਦੇ ਨੇ, ਕਿਸੇ ਤੋਂ ਕੈਂਪਰ ਭਰ ਕੇ ਲਿਆਉਂਦੇ, ਜਿਨ੍ਹਾਂ ਦੇ ਸਵਰਸੀਬਲ ਲੱਗੇ ਹੋਏ ਨੇ। ਹੁਣ ਤੁਸੀਂ ਇਹ ਦੇਖ ਸਕਦੇ ਹੋ ਕਿ ਸਵਰਸੀਬਲ ਵੀ ਤਾਂ ਹੀ ਕੰਮ ਕਰਨਗੇ, ਕਈ ਵਾਰੀ ਲਾਈਟ ਚਲੀ ਜਾਂਦੀ ਹੈ ਜੀ, ਬਹੁਤ ਮੁਸ਼ਕਲਾਂ ਦਾ, ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਾਡੀਆਂ ਮਾਵਾਂ। ਤੁਸੀਂ ਇੱਕ ਗੱਲ ਦੇਖੋ, ਕੱਲ੍ਹ ਸਾਡਾ ਜਿਹੜਾ ਸੂਆ ਗਾ ਇਹਦੇ ਵਿੱਚ ਸਾਡੀਆਂ ਮਾਵਾਂ ਭੈਣਾਂ ਬੱਚੇ ਉਹ ਨਹਾ ਕੇ ਆਏ ਨੇ, ਆਹ ਜਿਹੜਾ ਧੂਰੀ ਤੋਂ ਸੂਆ ਆਉਂਦਾ ਉਹਦੇ ਵਿੱਚ ਨਹਾਤੇ ਨੇ ਜੀ, ਇੰਨੀ ਹਾਲਤ ਮਾੜੀ ਹੋ ਰਹੀ ਆ। ਅੱਜ ਤਾਂ ਸਾਡੇ ਤੁਹਾਡੇ ਚੈਨਲ ਰਾਹੀਂ ਊਂ ਵੀ ਅਸੀਂ ਅਪੀਲ ਕੀਤੀ ਆ ਵੀ ਭਾਈ ਸੰਗਰੂਰ ਦੇ ਵਿੱਚ ਜਿੰਨਾ ਤੱਕ ਸਾਡੇ ਪਾਣੀ ਦਾ ਹੱਲ ਨਹੀਂ ਹੁੰਦਾ, ਜਿੰਨਾ ਤੱਕ ਜਾਂ ਸਭ ਗਰਮੀਆਂ ਨੇਗੀਆਂ ਉਹਨਾਂ ਤੱਕ ਕੋਈ ਰਿਸ਼ਤੇਦਾਰ ਬਣਾਵੇ, ਕਿਉਂਕਿ ਅਸੀਂ ਤਾਂ ਤੁਹਾਡੇ ਸਾਹਮਣੇ ਹੀ ਤੰਗੀ ਕੱਟ ਰਹੇ ਹੈਗੇ, ਹੁਣ ਅਸੀਂ ਰਿਸ਼ਤੇਦਾਰਾਂ ਨੂੰ ਕਿੱਥੋਂ ਪਾਣੀ ਦੇ ਦਾਂਗੇ ਨਹਾਉਣ ਵਾਸਤੇ ਜਾਂ ਕੱਪੜੇ ਧੋਣ ਵਾਸਤੇ।
ਉਹਦੇ ਲਈ ਵੀ ਅਸੀਂ ਬੇਨਤੀ ਕਰਦੇ ਹਾਂ ਜੀ। ਜੇ ਆਪਾਂ ਟੈਂਕਰ ਦੀ ਗੱਲ ਕਰੀਏ ਕਿੰਨੇ ਦਾ ਟੈਂਕਰ ਆਉਂਦਾ? ਟੈਂਕਰ ਜੀ ਇਹ ਆਉਂਦਾ ਹੈਗਾ 1000 ਰੁਪਏ ਦਾ, ਜਿਹੜੇ ਮੇਰੇ ਸਮਾਜ ਸੇਵੀ ਵੀਰ ਨੇਗੇ ਉਹ ਉਹਨਾਂ ਵੀ ਭੇਜਿਆ ਜਾਂਦਾ ਹੈਗਾ। ਕੱਲ੍ਹ 2 ਟੈਂਕਰ ਭੇਜੇ ਅੰਮ੍ਰਿਤ ਆਪਣਾ ਕੀ ਕਹਿੰਦੇ ਨੇ ਅਕਰਮ ਸ਼ਮੀ ਜੀ ਨੇ ਉਹਨਾਂ ਨੇ ਭੇਜੇ। ਅੱਜ ਆਹ ਬੇਟੇ ਦਾ ਜਨਮ ਦਿਨ ਆ, ਮੇਰੇ ਯਾਰ ਦੋਸਤ ਦਾ ਬੇਟਾ ਹੈਗਾ, ਇਹਦਾ ਬਰਥਡੇ ਆ, ਇਹਨੇ ਪਾਣੀ ਦਾ ਟੈਂਕਰ ਇਸ ਨੇ ਭੇਜਿਆ। ਬਹੁਤ ਬਹੁਤ ਧੰਨਵਾਦ ਆ ਜਿਹੜੇ ਭਾਈ ਹੈਲਪ ਕਰਦੇ ਨੇ। ਹੋਰ ਜਗ੍ਹਾ 'ਤੇ ਵੀ ਟੈਂਕਰ ਜਾ ਰਹੇ ਨੇਗੇ। ਅਗਰ ਜਿੰਨਾ ਤੱਕ ਪਾਣੀ ਦੀ ਇਹ ਸਮੱਸਿਆ ਦਾ ਹੱਲ ਨਹੀਂ ਹੁੰਦਾ, ਅਸੀਂ ਤਾਂ ਬੈਠੇ ਆਪਣੇ ਮਹੱਲੇ ਦੇ ਆਪਣੇ ਲੋਕਾਂ ਦੇ ਲਈ ਗਰੀਬ ਦਬਕਾ ਹੈਗਾ, ਕਿਉਂਕਿ ਵੋਟਾਂ ਵੇਲੇ ਤਾਂ ਅਸੀਂ ਸਭ ਨੂੰ ਦੇਣੇਗੇ, ਪਰ ਸ਼ਾਇਦ ਅਗਰ ਕੋਈ ਸਾਡੇ 'ਤੇ ਸਮੱਸਿਆ ਆਉਂਦੀ ਜਾਂ ਵਿਪਤਾ ਆਉਂਦੀ ਉਹਦੀ ਉਦੋਂ ਅਸੀਂ ਕਿਸੇ ਨੂੰ ਨਹੀਂ ਦਿੰਦੇ, ਉਦੋਂ ਵੀ ਬੇਨਤੀ ਕਰਦੇ ਵੀ ਸਾਡੇ ਬਣੀ ਧਿਆਨ ਕੀਤਾ ਜਾਵੇ ਜੀ। ਤਸਵੀਰਾਂ ਤੁਹਾਨੂੰ ਵਿਖਾਉਣਾ ਚਾਹਾਂਗੇ ਕਿ ਛੋਟੇ ਬੱਚੇ ਹਨ ਜੋ ਇੱਥੇ ਬੈਠੇ ਹਨ, ਕਿਸੇ ਟਾਈਮ ਬੱਚੇ ਪਾਣੀ ਦੇ ਵਿੱਚ ਖੇਡਦੇ ਸੀ ਪਰ ਅੱਜ ਪਾਣੀ ਲਈ ਤਰਸ ਰਹੇ ਹਨ, ਦੂਰ ਬਿਠਾ ਰੱਖਿਆ ਬੱਚੇ ਨੂੰ, ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ। ਬੇਟਾ ਪਾਣੀ 'ਚ ਖੇਡਣ ਨੂੰ ਜੀ ਕਰਦਾ? ਨਹੀਂ ਨਹੀਂ ਕਰਦਾ। ਨਹਾਉਂਗੇ? ਅੱਛਾ, ਗਰਮੀ ਲੱਗ ਰਹੀ ਹੈ? ਲੱਗ ਰਹੀ ਹੈ ਜੀ। ਬੱਚੇ ਦੇਖ ਸਕਦੇ ਹੋ। ਮਾਤਾ ਜੀ ਸਾਡੇ ਨਾਲ, ਮਾਤਾ ਜੀ ਕੀ ਕਹਿਣਾ ਚਾਹੋਗੇ ਕਿ ਕੋਈ ਜਿਹੜੀ ਪਾਣੀ ਦੀ ਕਿੱਲਤ ਹੈ ਪੰਜਾਬ ਨੂੰ, ਪੰਜ ਦਰਿਆ ਦਾ ਪਾਣੀ ਰਾਜਾ ਕਹਿੰਦੇ ਆ, ਰਾਜਸਥਾਨ ਬਣ ਗਿਆ ਪੁੱਤ, ਇਹ ਤਾਂ ਰਾਜਸਥਾਨ ਤੋਂ ਵੀ ਟੱਪ ਗਿਆ। ਦੱਸ ਉਹ ਤਾਂ ਮਾੜਾ ਮੋਟਾ ਪਾਣੀ ਆਉਂਦਾ, ਉਹ ਇੱਥੇ ਤਾਂ ਜੰਮੀ ਨਹੀਂ ਆਉਂਦਾ ਹੈਗਾ ਪਾਣੀ, ਕੀ ਕਰੂਗਾ ਬੰਦਾ? ਪਹਿਲਾਂ ਮੈਨੂੰ ਐਂ ਦੱਸੋ ਕਿੱਧਰ ਜਾਊਗਾ? ਪਹਿਲਾਂ ਮੇਰੇ ਵਰਗਾ ਬੁਰਜ ਥੱਕ ਕੇ ਆਉਂਦਾ, ਦੇਖਦਾ ਆ ਕੇ ਟੁੱਲ ਪੰਪ ਦੱਬਦਾ ਕਿ ਜਿਹੜਾ ਪਾਣੀ ਆਉਂਦਾ ਕੁਛ ਵੀ ਨਹੀਂ ਪਾਣੀ ਪਾਉਂਦਾ, ਕਹਿੰਦੇ ਆਈ ਆਈ ਗਰਮੀ ਐਂ ਹੁੰਦਾ ਹੈਗਾ, ਆਈ ਗਰਮੀ ਐਂ ਹੁੰਦਾ ਹੈਗਾ। ਇੱਕ ਤਾਂ ਕਈ ਵਾਰੀ ਐਂ ਹੁੰਦਾ ਵੀ ਘਰ ਵੇਚ ਕੇ ਵਗ ਜਾ, ਦੁਖੀ ਹੋਏ ਪਿਆਂਗੇ। ਮਾਤਾ ਜੀ ਕਦੇ ਪ੍ਰਸ਼ਾਸਨ ਕੋਲੇ ਜਾਂ ਕਿਸੇ ਉੱਚ ਅਧਿਕਾਰੀ ਨੂੰ ਤੁਸੀਂ ਮਿਲਿਓ ਇਸ ਸੰਬੰਧ ਲਈ ਕਿ ਬਈ ਸਾਡੇ ਤਾਂ ਪਾਣੀ ਦੀ ਇੰਨੀ ਕਿੱਲਤ ਹੈ, ਕੀ ਕਹਿੰਦੇ? ਮਿਲੀ ਜਾਂਦੇ ਨੇ, ਕਿਹੜਾ ਕੋਈ ਸੁਣਦਾ ਨਹੀਂ ਹੈਗਾ, ਕੋਈ ਨਹੀਂ ਸੁਣਦਾ ਹੈਗਾ, ਕੋਈ ਨਹੀਂ ਸੁਣਦਾ ਹੈਗਾ। ਉੱਧਰੋਂ ਕੰਮਾਂ ਤੋਂ ਵੀ ਲੇਟ ਹੋ ਜਾਂਦੇ, ਬਥੇਰਾ ਜਾਂਦੇ ਹਾਂਗੇ ਇੱਥੇ ਦਫ਼ਤਰਿਆਂ 'ਚ, ਕੋਈ ਨਹੀਂ ਸੁਣਦਾ ਹੈਗਾ ਕਿਸੇ ਦੀ। ਇਹ ਸਨ ਸਾਡੇ ਨਾਲ ਮਾਤਾ ਜੀ, ਜਿਨ੍ਹਾਂ ਦਾ ਆਖਣਾ ਕਿ ਪ੍ਰਸ਼ਾਸਨ ਕੋਲ ਵੀ ਕਈ ਵਾਰ ਗੁਹਾਰ ਲਗਾ ਚੁੱਕੇ ਹਨ ਪਰ ਪ੍ਰਸ਼ਾਸਨ ਦੀ ਸਿਰ 'ਤੇ ਜੂ ਨਹੀਂ ਸਿਰਕਦੀ। ਸਾਡੇ ਨਾਲ ਕੁਛ ਹੋਰ ਮੱਲਾ ਨਿਵਾਸੀ ਮੌਜੂਦ ਹੈ, ਕੀ ਨਾਮ ਜੀ? ਮਮਤਾ ਜੀ। ਮਮਤਾ ਜੀ, ਕਿਆ ਕਹਿਣਾ ਚਾਹੋਗੇ ਜੋ ਐਸੀ ਤਸਵੀਰਾਂ ਰਾਜਸਥਾਨ ਮੇਂ ਜਾਂ ਦਿੱਲੀ ਮੇਂ ਦੇਖਨੇ ਮਿਲਤੀ ਥੀ ਜੋ ਆਪ ਪੰਜਾਬ ਮੇਂ ਮਿਲ ਰਹੀ ਹੈ? ਪੰਜਾਬ ਮੇਂ ਐਸੀ ਮਿਲ ਰਹੀ ਹੈ ਕਿ ਕੋਈ ਸੁਣਦਾ ਹੀ ਨਹੀਂ, ਚਾਹੇ ਜਾ ਕੇ ਉੱਥੇ ਧਰਨਾ ਵੀ ਲਗਾਇਆ ਸੀ ਜਾਂ ਕੁਛ ਨਹੀਂ ਹੋਇਆ, ਉਹਨਾਂ ਦੀ ਕੋਠੀ 'ਤੇ ਗਏ ਵਾਪਸ ਮੋੜਤਾ, ਕੀ ਹੀਲਾ ਹੋਊਗਾ? ਕੋਈ ਸੁਣਦਾ ਹੀ ਨਹੀਂ। ਵੋਟਾਂ ਵੇਰੇ ਤਾਂ ਆਉਂਦੇ ਨੇ, ਦੱਸਦੇ ਨੇ, ਵੱਡੇ ਵੱਡੇ ਵਾਅਦੇ ਕਰਦੇ ਨੇ, ਬਾਅਦ 'ਚ ਕੁਛ ਨਹੀਂ ਦੇਖਦਾ ਕੋਈ ਕਿ ਹੋ ਰਿਹਾ ਗਰੀਬਾਂ ਦਾ ਕੀ ਨਹੀਂ ਹੋ ਰਿਹਾ। ਵੋਟਾਂ ਵੇਲੇ ਤਾਂ ਆਉਂਦੇ ਨੇ, ਪੈਰੀ ਹੱਥ ਵੀ ਲਾਉਂਦੇ ਨੇ, ਪਰ ਬਾਅਦ 'ਚ ਨਹੀਂ ਦੇਖਦੇ ਆ ਕੇ। ਜੇ ਆਪਾਂ ਬੱਚਿਆਂ ਦੀ ਗੱਲ ਕਰੀ ਜਾਵੇ ਤਾਂ ਬੱਚਿਆਂ ਨੂੰ ਬੜੀ ਦਿੱਕਤ ਆਉਂਦੀ ਹੋਵੇ, ਕਿਉਂਕਿ ਦੇਖ ਰਹੇ ਹਾਂ ਕਿ ਛੋਟੇ ਛੋਟੇ ਬੱਚੇ ਜਿਹੜੀ ਬਾਲਟੀਆਂ ਭਰ ਲੈ ਕੇ ਜਾ ਰਿਹਾ, ਕਿਉਂ ਗਰਮੀ ਦਾ ਉੱਤੋਂ ਕਹਿਰ ਬਹੁਤ ਤੇਜ਼ ਹੈ, ਗਰਮੀ ਬਹੁਤ ਤੇਜ਼ ਹੈ, ਗਰਮੀ ਬਹੁਤ ਤੇਜ਼ ਹੈ। ਬੱਚੇ ਅੱਜ 3 ਦਿਨ ਹੋ ਗਏ ਨਾਏ ਨਹੀਂ ਹੈਗੇ, ਬੱਚੇ ਰੋਟੀ ਤੱਕ ਨਹੀਂ ਖਾ ਰਹੇ ਗਰਮੀ ਕਰਕੇ, ਨਾਏ ਨਹੀਂ ਤਾਂ ਰੋਟੀ ਨਹੀਂ ਖਾਈ ਜਾ ਰਹੀ, ਪਾਣੀ ਨਹੀਂ ਹੈਗਾ, ਇੱਕ ਪੂਰੀ ਦਿੱਕਤ ਤਾਂ ਇਹ ਹੈ, ਕੋਈ ਕਿਤਨਾ ਪਾਣੀ ਦੇ ਦੂਗਾ ਜੀ? ਕੀ ਨਾਮ? ਰਿਚਾ ਜੀ। ਕੀ ਕਹਿਣਾ ਚਾਹੁੰਦੇ? ਕੀ ਕਹਿਣਾ ਜੀ, ਪਾਣੀ ਦੀ ਬਹੁਤ ਦਿੱਕਤ ਹੈ ਜੀ, ਕੋਈ ਸੁਣਵਾਈ ਨਹੀਂ ਹੈਗੀ ਸਾਡੀ ਪਾਣੀ ਦੀ। ਕਿੰਨੀ ਵਾਰੀ ਅਸੀਂ ਜਾਏ, ਧਰਨੇ ਲਾਏ, ਆਏ ਸਾਲ ਹੀ ਸਾਨੂੰ ਪਾਣੀ ਦੀ ਪ੍ਰੋਬਲਮ ਹੁੰਦੀ ਹੈ, ਜਦੋਂ ਤੋਂ ਵੋਟ ਲੈਣੀ ਸੀ ਉਦੋਂ ਤੋਂ ਹੱਥ ਜੋੜ ਕੇ ਆਏ ਸੀ, ਉਸ ਤੋਂ ਬਾਅਦ ਤਾਂ ਅੱਗੇ ਉਹਨਾਂ ਨੇ ਜਦੋਂ ਤੋਂ ਜਿੱਤ ਗਏ, ਉਸ ਤੋਂ ਬਾਅਦ ਤਾਂ ਉਹਨਾਂ ਨੇ ਅੱਗੇ ਜਾਤ ਵੀ ਨਹੀਂ ਪੁੱਛੀ ਵੀ ਇੱਥੇ ਪਾਣੀ ਦੀ ਜਿਵੇਂ ਸਮੱਸਿਆ ਹੋ ਰਹੀ ਹੈ। ਤੁਸੀਂ ਖੁਦ ਦੇਖ ਰਹੇ ਹੋ ਕਿ ਸਾਰਾ ਮੁਹੱਲਾ ਆ ਕੇ ਇੱਥੇ ਪਾਣੀ ਭਰ ਰਿਹਾ, ਛੋਟਾ ਛੋਟਾ ਬੱਚਾ ਪਾਣੀ ਭਰ ਰਿਹਾ, ਸਾਨੂੰ ਕਿੰਨੀ ਦਿੱਕਤ ਹੋ ਰਹੀ ਹੈ, ਕੋਈ ਸੁਣ ਹੀ ਨਹੀਂ ਰਿਹਾ ਸਾਡੀ। ਹੁਣ ਤਾਂ ਚਲੋ ਟੈਂਕ ਆ ਗਿਆ, ਆਈ ਵਾਰੀ ਅਸੀਂ ਟੈਂਕ ਨਾਲ ਹੀ ਪਾਣੀ ਭਰਾਂਗੇ। ਜੇ ਆਪਾਂ ਟੈਂਕ ਦੀ ਗੱਲ ਕਰੀਏ, ਟੈਂਕ ਵੀ ਕਿਹੜਾ ਕੋਈ ਸਸਤਾ, 1000 ਰੁਪਏ ਦਾ ਟੈਂਕ ਹੈ? ਬਿਲਕੁਲ, ਤੁਹਾਨੂੰ ਪਤਾ ਕਿੰਨੀ ਮਹਿੰਗਾਈ ਹੋ ਰਹੀ ਹੈ, ਬੰਦਾ ਕਮਾਊਗਾ ਕਿ ਟੈਂਕ ਮੰਗਾਊਗਾ ਕਿ ਪਾਣੀ ਭਰੂਗਾ? ਕੰਮ ਕਰ ਵਾਲੇ ਅਸੀਂ ਬੰਦੇ ਹਾਂ ਕਿ ਪਾਣੀ ਭਰੀਏ
ਕਿ ਕੰਮ ਤੇ ਜਾਈਏ, ਸਮਝ ਤੋਂ ਬਾਹਰ ਹੋ ਰਹੇ, ਬੱਚੇ ਵੀ ਸਾਡੇ ਦੇਖੋ ਇੰਨੇ ਪਰੇਸ਼ਾਨ ਹੋ ਰਹੇ ਨੇ ਸਾਡੇ ਨਾਲ ਨਾਲ। ਇਹ ਸਨ ਸਾਡੇ ਨਾਲ ਮੁਹੱਲਾ ਨਿਵਾਸੀ ਜਿਨ੍ਹਾਂ ਦਾ ਆਖਣਾ ਹੈ ਕਿ ਤਸਵੀਰਾਂ ਤੁਸੀਂ ਪਹਿਲਾਂ ਤੁਹਾਨੂੰ ਦਿਖਾਉਂਦੇ ਹਾਂ ਮੁਹੱਲੇ ਦੀਆਂ ਅਜੀਤ ਨਗਰ ਬਸਤੀ ਦੀਆਂ, ਕਿ ਜਿੱਥੇ ਪਾਣੀ ਦਾ ਟੈਂਕਰ ਮੰਗਾ ਮੰਗਾ ਕੇ ਆਪਣਾ ਗੁਜ਼ਾਰਾ ਕਰਿਆ ਜਾ ਰਿਹਾ ਹੈ। ਪੰਜ ਦਰਿਆਵਾਂ ਦੀ ਧਰਤੀ ਪੰਜਾਬ, ਜਿੱਥੇ ਕਿ ਪਾਣੀ ਦਾ ਤੁਸੀਂ ਦੇਖ ਸਕਦੇ ਹੋ ਕੀ ਹਾਲ ਹੋ ਰਿਹਾ ਹੈ, ਉੱਤੋਂ ਗਰਮੀ ਦਾ ਜਿਹੜਾ ਕਹਿਰ ਹੈ ਉਹ ਵੀ ਵੱਧਦਾ ਜਾ ਰਿਹਾ ਹੈ। ਇਹਨਾਂ ਦਾ ਆਖਣਾ ਹੈ ਕਿ ਅਸੀਂ ਪ੍ਰਸ਼ਾਸਨ ਕੋਲ ਵੀ ਕਈ ਵਾਰ ਮੰਗ ਕੀਤੀ ਹੈ, ਪਰ ਪ੍ਰਸ਼ਾਸਨ 'ਤੇ ਜੂ ਨਹੀਂ ਸਰਕੀ। ਹੁਣ ਵੇਖਣਾ ਹੋਵੇਗਾ ਕਿ ਪ੍ਰਸ਼ਾਸਨ ਕਦੋਂ ਨੀਂਦ ਤੋਂ ਜਾਗਦਾ ਹੈ ਅਤੇ ਕਦੋਂ ਇਹਨਾਂ ਦੀ ਸੁਣਵਾਈ ਹੁੰਦੀ ਹੈ। ਸੰਗਰੂਰ ਤੋਂ ਰਵੀ ਸ਼ਰਮਾ, ਜਗਬਾਣੀ ਟੀਵੀ।